நிறையும். பிஸ்மில்லாஹிர் ரஹ்மானிர் ரஹீம். அல்ஹம்துலில்லாஹி ரப்பில் ஆலமீன். அர்ரஹ்மானிர் ரஹீம் மலிகி யௌமித்தீன். இயக்க நமத ஐயோகன் சிரத்தல் மஸ்தகீம் சிரத்தல் அனம் தலை சலவாத்துகாலும் அவசரம் மதலீலம் வாழ்நன் அத்தாம் துஷ்கனம் அர்ரகதவன் வத்துமத்தியாஹூ ஃபீஹா தவீலா. யா ரப்ப முஹம்மது வாலி முஹம்மத் அஜில் ஃபரஜால் முஹம்மத். அல்லாஹும்மா ஸல்லி அலா முஹம்மதி வ ஆலி முஹம்மத் ஸலவாத். தாஜா இமாம் ஹுசைன் பாத்ஷா ਕਰਬਲਾ ਦੇ ਮੈਦਾਨ ਦੇ ਵਿੱਚ ਤੱਤੀ ਰੇਤ ਤੇ ਬੈਠੇ 9 ਲੱਖ ਦਾ ਮੁਖਾਤਬ ਥੀ ਕੇ ਫਰਮਾਉਂਦੇ ਬੈਠਣ ਸੁਣਾਣੋ ਮਤਬ ਰੋਜ਼ ਮੈਸ਼ਰ ਮੇਰੇ ਨਾਨੇ ਕੋ ਗਿੱਲਾ ਦਿਵਾਏ ਜੋ ਹੁਸੈਨ ਸਾ ਕੋ ਦੱਸਾ ਨਾ ਹੁਸੈਨ ਆਪਣਾ ਤਾਰਫ ਨਾ ਕਰਾਇਆ ਬਾਦਸ਼ਾਹ ਫਰਮਾਉਂਦੇ ਬੈਠਣ ਸੁਣਾਣੋ ਜਿਹਦਾ ਕਲਮਾ ਪੜਦੇ ਹੁੰਦੇ ਹਿੱਕੇ ਧੀ ਦਾ ਪੁੱਤਰਾ ਮੈਂ ਜੋ 26 ਪਹਿਰਾਂ ਦਾ ਤਸਾ ਬਾਦਸ਼ਾਹ 9 ਲੱਖ ਦਾ ਮੁਖਾਤਬ ਥੀ ਇਮਦਾਦ ਸਪੀਕਰ ਬੰਦ ਥੀ ਮੈਂ ਚੱਲ ਦੇ ਕੁਵਾਂ ਸਾਉਂਡ ਵਾਲਕ ਪਿਛਵਾ ਹਜ਼ਰਤ ਇਮਾਮ ਹੁਸੈਨ ਬਾਦਸ਼ਾਹ 9 ਲੱਖ ਦਾ ਮੁਖਾਤਬ ਥੀ ਕੇ ਫਰਮਾਉਂਦੇ ਬਟਨ ਸੁਣਾਣੋ ਘਰ ਚਾਹੂੰ ਤੋ ਇਮਕਾਂ ਕੇ ਨਜ਼ਾਰੋਂ ਕੋ ਬਦਲ ਦੋ ਜਨੀ ਤਵੱਜੋ ਹੋਵੇ ਸਰਕਾਰ ਫਰਮਾਉਂਦੇ ਬਟਨ ਘਰ ਚਾਹੂੰ ਤੋ ਇਮਕਾਂ ਕੇ ਨਜ਼ਾਰੋਂ ਕੋ ਬਦਲ ਦੋ اجرام کی ان راہ گزاروں کو بدل دوں سرکار فرمانے بیٹھن ماحول کی کشتی کے کناروں کو بدل دوں بہتے ہوئے دریاؤں کے دھاروں کو بدل دوں توجہ ہے بابا سرکار فرمانے بیٹھن ارشاد میں مامور ہوں مجبور نہیں ہوں زہرا ہے وہ صدف جس کا میں در سمی ہوں سنجانو ਸੁਣਾਣੋ ਮੈਂ ਹੁਸੈਨ ਹਾਂ ਭਾਈ ਜਾਨ ਫਿਰ ਸਹੀ ਇਮਾਮ ਹੁਸੈਨ ਬਾਦਸ਼ਾਹ 9 ਲੱਖ ਦਾ ਮੁਖਾਤਬ ਠੀਕ ਹੈ ਆਖਰੀ ਵੇਲੇ ਜਿਹੜਾ ਖੁਤਬਾ ਦਿੱਤਾ ਉਸ ਦਾ ਤਰਜਮਾ ਸਾਡੇ ਕੋਟਲੇ ਹਾਜੀ ਸ਼ਾਹ ਦੇ ਸ਼ਾਇਰਨ ਸਮਰ ਸਾਹਿਬ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ ਉਹਨਾਂ ਦਾ ਲਿਖਿਆ ਹੋਇਆ
ਸਰਕਾਰ ਖੁਤਬਾ ਦਿੱਤਾ ਅਰਬੀ ਜ਼ੁਬਾਨ ਦੇ ਵਿੱਚ, ਉਸੇ ਦਾ ਤਰਜਮਾ ਮੈਂ ਆਪਣੀ ਸਰਾਕੀ ਜ਼ੁਬਾਨ ਵਿੱਚ ਸੁਣਾਉਣਾ ਚਾਹੁੰਦਾ। ਹੋ ਮੈਂ ਚਾਹਤਾ ਇੱਕ ਪਲ ਵਿੱਚ ਤਕਦੀਰ ਬਦਲ ਦੇਵਾ, 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 ਮੈਂ ਚਾਹਤਾ ਇੱਕ ਪਲ ਵਿੱਚ ਬਾਦਸ਼ਾਹ ਤਕਦੀਰ ਬਦਲ ਦੇਵਾ, ਮੈਂ ਚਾਹਤਾ ਇੱਕ ਪਲ ਵਿੱਚ ਤਕਦੀਰ ਬਦਲ ਦੇਵਾ, ਮੈਂ ਚਾਹਤਾ ਇੱਕ ਪਲ ਵਿੱਚ ਤਕਦੀਰ ਬਦਲ ਦੇਵਾ, ਫਰਦਾ ਮੈਂ ਕੁਦਰਤ ਦੀ ਕੁਦਰਤ ਦੀ ਤਾਰੀਰ ਬਦਲ ਦੇਵਾ, ਫਰਦਾ ਹਮੇ ਕੁਦਰਤ ਦੀ ਤਾਰੀ ਹਮੇ ਕੁਦਰਤ ਦੀ ਤਾਰੀਰ ਬਦਲ ਦੇਵਾ, ਮੈਂ ਚਾਹਤਾ ਇੱਕ ਪਲ ਵਿੱਚ ਬੱਚੇ ਜੀਵਨ ਸਰਕਾਰ ਫਰਮਾਉਂਦੇ ਬੈਠਣ ਸੁਣਾਣੋ ਮੈਂ ਹੁਸੈਨਾ ਬਾਦਸ਼ਾਹ ਨੌ ਲਖਤ ਮੁਖਾਤਿਬ ਥੀ ਕੇ ਫਰਮਾਉਂਦੇ ਬੈਠਣ ਆਖਾਂ ਦਰਿਆ ਅੱਗ ਬਣ ਜਾਵੇ, ਲਾਲ ਅਮੀਰ ਇਹ ਸ਼ੇਰ ਤੇ ਤੁਹਾਡੇ ਦੇਰ ਦੁਆ ਕਰਨੀ ਹੈ ਭਾਈ ਜਾਨ, ਮੇਰਾ ਆਪਣਾ ਨਸੀਬ ਜੋ ਤੁਸੀਂ ਬਈ ਸਿਟੀ ਤੇ ਲੱਗ ਗਏ ਹੋ, ਸ਼ੇਰ ਢੇਰ ਸਾਰੇ ਬੰਦਾਂ ਦੇ ਸੁਰਾਂ ਤੋਂ ਗੁਜ਼ਰ ਵੇ ਸੀ, ਕੋਸ਼ਿਸ਼ ਕਰਾਏ ਸੁਜਾਗ ਥੀ ਕੇ ਸੁਣਨੇ। ਬਾਦਸ਼ਾਹ ਫਰਮ ਨੇ ਬੈਠਣ ਤੁਸਾਂ ਕੇ ਸਮਝਾਏ ਜੋ ਦਰਿਆ ਤੇ ਸਾਡਾ ਕਬਜ਼ਾ ਹੈ, ਤੁਹਾਡੇ ਕੋਲ 9 ਲੱਖ ਹੈ, ਮੇਰੇ ਪੁੱਤਰ ਟੁਰ ਗਏ ਜਾ ਗਏ, ਮੇਰੇ ਮਹਿਮਾਨ ਟੁਰ ਗਏ, ਤੁਸਾਂ ਕੇ ਫਰਮਾਏ ਜੋ ਦਰਿਆ ਤੇ ਸਾਰਾ ਕਬਜ਼ਾ ਹੈ। ਇਮਾਮ ਹੁਸੈਨ ਬਾਦਸ਼ਾਹ ਬਈ ਮੇਰਾ 9 ਲੱਖ ਤੋਂ ਮੁਖਾਤਿਬ ਥੀ ਕੇ ਫਰਮਾਉਂਦੇ ਬੈਠਣ ਆਖਾਂ ਦਰਿਆ ਅੱਗ ਬਣ ਜਾਵੇ, ਪਾਣੀ ਖਿਜ਼ਰ ਨਬੀ ਪਹੁੰਚਾਵੇ, ਜਗ੍ਹਾ ਹੈ ਬਾਈ ਬਾਦਸ਼ਾਹ 9 ਲੱਖ ਤੋਂ ਮੁਖਾਤਿਬ ਥੀ ਕੇ ਫਰਮਾਉਂਦੇ ਬੈਠਣ ਬਾਦਸ਼ਾਹ 9 ਲੱਖ ਤੋਂ ਮੁਖਾਤਬ ਥੀ ਕੇ ਫਰਮਾਉਂਦੇ ਬੈਠਣ ਹਸ ਪਾ ਕੁਆ ਸਦ ਜਾਣਾ ਸ਼ੁਕਰਾ ਕੂ ਕਰਾ ਥੀ, ਹੁਣ ਹੁਣ ਜੇ ਕੋ ਕਹੇ ਕੋ ਹਿੱਕੂ ਸਮਝ ਆਈਏ ਤਾਂ ਸਾ ਹੱਥ ਉੱਤਾ ਕਰੇ ਬਈ ਅਸਬ ਕਹਿ ਕੋ ਆਦਨ ਅਸਬਾਂ ਕੋ ਅਸਾ ਬਾਦਨ ਘੋੜੇ ਕੋ ਤੁਹਾਡੀ ਜੋ ਮੈਂ ਆ ਕੇ ਪਹਿਲੋ ਸੀਟੀ ਬਈ ਤੇ ਲੱਗ ਗਏ ਹੋ, ਜ਼ਾਕਰੀ ਮਰ ਗਈ ਹੈ, ਸਾਜਦ ਸੁਣਨ ਵਾਲੇ ਮਰ ਗਏ ਨੇ, ਬਾਦਸ਼ਾਹ ਫਰਮਦੇ ਅਸਬਾਂ ਕੋ ਅਸਦ ਜੋੜਾਂ
ਇਹ ਜਿਹੜੇ ਤੁਹਾਡੇ ਸਵਾਰੀ ਵਾਲੇ ਘੋੜੇ ਨੇ, ਮੈਂ ਹੁਸੈਨ ਚਾਹਾਂ ਤਾਂ ਇਹ ਸ਼ੇਰ ਬਣ ਕੇ ਤੁਹਾਨੂੰ ਖਾ ਵਜਣ। ਬਾਦਸ਼ਾਹ ਫਰਮਾਉਂਦੇ ਅਸਪਾਂ ਕੋ ਅਸਾ ਅਸਦ ਜੋੜਾ, ਹੱਥ ਖੋਲ ਬਾ ਨਿੰਦਰ ਕਰ। ਬਾਦਸ਼ਾਹ ਫਰਮਾਉਂਦੇ ਅਸਪਾਂ ਕੋ ਅਸਦ ਜੋੜਾ, ਇਹ ਜਿਹੜੇ ਤੁਹਾਡੇ ਘੋੜੇ ਨੇ ਇਹ ਕਦਰ ਜਿਵੇਂ ਇਹ ਸ਼ੇਰ ਬਣ ਕੇ ਤੁਹਾਨੂੰ ਖਾ ਵਜਣ। ਸ਼ੁਤਰਾਂ ਕੋ ਕਰਾਂ ਹਾਥੀ, ਇਹ ਜਿਹੜੇ ਤੁਹਾਡੇ ਸਵਾਰੀਆਂ ਵਾਲੇ ਉੱਠਣ, ਮੈਂ ਹੁਸੈਨ ਚਾਹਾਂ ਤਾਂ ਇਹ ਹਾਥੀ ਬਣ ਵਜਣ, ਆਪਣੇ ਪੈਰਾਂ ਹੇਠ ਤੁਹਾਨੂੰ ਲਤਾੜ ਕੇ ਮਾਰ ਛੋੜਨ। ਬਾਦਸ਼ਾਹ ਨੌ ਲੱਖ ਦਾ ਮੁਖਾਤਬ ਠੀਕ ਹੈ ਫਰਮਾਉਂਦੇ ਬੈਠਣ ਸ਼ਕਲ ਦੇ ਵਿੱਚ, ਨਾਗਾ ਦੀ ਸ਼ਕਲ ਦੇ ਵਿੱਚ ਕੁਲ ਤੀਰ ਬਦਲ ਦੇਵਾ। ਬਿਸਮਿਲਾ ਭਾਈ, ਮੈਂ ਆਖਿਆ ਜਾਫਰ ਸਾਹਿਬ ਜ਼ਾਕਰੀ ਜੋ ਮਰ ਗਈ ਹੈ। ਅਸਪਾਂ ਕੋ ਅਸਦ ਜੋੜਾ, ਸ਼ੁਤਰਾਂ ਕੋ ਕਰਾਂ ਹਾਥੀ, ਬੰਦਰ ਵੀ ਬਣਾ ਸਕਦਾ ਤੇਰੀ ਫੌਜ ਦੇ ਕੁੱਲ ਸਾਥੀ। ਸਰਕਾਰ ਫਰਮਾਉਂਦੇ ਬੈਠੇ ਨਾਗਾਂ ਦੀ ਸ਼ਕਲ ਦੇ ਵਿੱਚ ਕੁੱਲ ਤੀਰ ਬਦਲ ਦੇਵਾਂ। ਇਹ ਜਿਹੜੇ ਤੁਹਾਡੇ ਕੋਲ ਤੀਰ ਹਨ, ਤੁਸੀਂ ਕੀ ਸਮਝਿਆ ਮੇਰੇ ਜੋ ਰੀਹਾ ਕੋਈ ਨਹੀਂ। ਇਹ ਜਿਹੜੇ ਤੁਹਾਡੇ ਕੋਲ ਤੀਰ ਹਨ, ਮੈਂ ਹੁਸੈਨ ਚਾਹਾਂ ਤਾਂ ਇਹ ਮੁਸ਼ਕੀ ਨਾਗ ਬਣ ਕੇ ਤੁਹਾਨੂੰ ਖਾ ਵਜਣ। ਉਮਰ ਇਬਨ ਸਾਦ ਲਾਨਤ ਕਰੋ ਸਾਰੇ ਜਿਹੜੇ ਵੀ ਬੋਲ ਸਕਦੇ ਹੋ, ਬਲਕਿ ਸਾਰਿਆਂ ਕੁਮਾ ਨਾ ਦੇ ਅਲੀ ਪੜ ਕੇ ਦੁੱਧ ਪਿਲਾਏ। ਉਮਰ ਤੋਂ ਬਾਅਦ ਪੜਨ ਲਾ ਗਿਆ ਨਿੱਕਾ, ਹੁਣ ਇਹਨੂੰ ਬੀਆ ਕੋਈ ਨਾ ਆਵੇ ਬਾਹਰ। ਬਾਦਸ਼ਾਹ ਇਮਾਮ ਹੁਸੈਨ ਮੇਰੀ ਗੱਲ ਭੁੱਲ ਤਾਂ ਨਹੀਂ ਗਈ ਭਾਈ? ਕਹਿ ਸਰ ਬਾਦਸ਼ਾਹ ਤੱਤੀ ਰੇਤ ਤੇ ਬੈਠੇ ਹਨ ਨਾ। ਉਮਰ ਇਬਨ ਸਾਦ ਲਾਨਤ ਕਰੋ ਸਾਰੇ ਇਮਾਮ ਦੇ ਕੋਲ ਆਏ, ਅਦੇ ਹੁਸੈਨ ਤੇਰਾ ਰੀਹਾ ਕੋਈ ਨਹੀਂ। ਹੁਸੈਨ ਤੂੰ ਤਸੈ ਜ਼ਖਮੀ ਹੈ, ਤੇਰੇ ਪੁੱਤਰ ਟੁਰ ਗਏ। ਹੁਸੈਨ ਬਹੁਤ ਬੜੇ ਬੜੇ ਦਾਅਵੇ ਬੈਠਾ ਕਰੇਂਦੇ, ਹੁਸੈਨ ਭਾਵੇਂ ਜੋ ਇਕੱਲਾ ਰਹਿ ਗਏ। ਉਮਰ ਇਬਨ ਸਾਦ ਤੋਂ ਬਾਦਸ਼ਾਹ ਹੁਸੈਨ ਕਬਜ਼ਾ ਹੈ ਤਲਵਾਰ ਤੂੰ ਮੱਥਾ ਡਾਏ, ਬਾਦਸ਼ਾਹ ਇਹਨੇ ਪਾਸੇ ਦੇਖ ਕੇ ਫਰਮਾਉਂਦੇ ਨੇ ਤੂੰ ਮੈਕੂ ਮਜ਼ਲੂਮ ਸਦੇਂਦੇ। ਜਾਗੇ ਭਾਈ, ਜਦੋਂ ਉਮਰ ਇਬਨ ਸਾਦ ਕਮੀ ਨੇ ਬਾਰ ਬਾਰ ਆਖਿਆ ਨਾ ਹੁਸੈਨ ਤੂੰ ਮਜ਼ਲੂਮ ਹੈ, ਤੂੰ ਜ਼ਖਮੀ ਹੈ। ਹੁਸੈਨ ਬਾਦਸ਼ਾਹ ਇਹਨੇ ਪਾਸੇ ਦੇਖ ਕੇ ਫਰਮਾਉਂਦੇ ਬੈਠੇ ਨੇ ਤੂੰ ਮੈਕੂ ਮਜ਼ਲੂਮ ਸਦੇਂਦੇ। ਸਰਕਾਰ ਫਰਮਾਉਂਦੇ ਨੇ ਤੂੰ ਸ਼ਬੀਰ ਕੋ ਕੇ ਸਮਝੇ ਨੇ, ਤੈ ਕੋ ਕੇ ਪਤਾ ਜੋ ਮੈਂ ਕੌਣ ਆ। ਹੁਸੈਨ ਉਮਰ ਇਬਨ ਸਾਦ ਦਾ ਮੁਖਾਤਬ ਦੀ ਕੇ ਫਰਮਾਉਂਦੇ ਬੈਠਣ ਸੁਣਾਣ ਮਜ਼ਲੂਮ ਬਾਦਸ਼ਾਹ ਫਰਮਾਉਂਦੇ ਬੈਠਣ ਮਜ਼ਲੂਮ ਤਹਾਂ ਬੇਸ਼ੱਕ ਮਹਕੂਮ ਜਹਾਂ ਮੇਰਾ। ਸੁਣਾਣ ਭਾਵੇਂ ਜੋ ਮੈਂ ਮਜ਼ਲੂਮ ਆਈ, ਅੱਲਾਹ ਦੀ ਕਾਇਨਾਤ ਤੇ ਹਕੂਮਤ ਮੈਂ ਹੁਸੈਨ ਦੀ ਏ। ਹੁਸੈਨ ਬਾਦਸ਼ਾਹ ਦੇ ਅੱਗੇ ਫਰਮਾਉਂਦੇ ਬੈਠੇ ਮਜ਼ਲੂਮ ਤਾਂ ਬੇਸ਼ੱਕ ਮਹਕੂਮ ਜਹਾਂ ਮੇਰਾ ਕੌਣ ਨਹਲਾ ਸੰਗਦਾ ਇੱਕ ਵਾਰ ਫਕਤ ਮੇਰਾ ਹੀ ਖਾਕ ਦੀ ਚਾਹੁੰਦਾ ਤਾਸੀਰ ਬਦਲ ਦੇਵਾ। ਸਰਕਾਰ ਫਰਮਾਉਂਦੇ ਮੈਡਮ ਤੁਸੀਂ ਮੇਰੇ ਨਾਨੇ ਦਾ ਕਲਮਾ ਪੜ੍ਹਦੇ ਹੋ। ਇਸ ਵੇਲਾ ਮੈਂ ਦਾ ਮਕਸਦ ਤੁਹਾਨੂੰ ਮਾਰਨ ਨਹੀਂ, ਹੁਸੈਨ ਚਾਹੁੰਦਾ ਹੀ ਦਸ਼ਤ ਨੈਨਵਾ ਕੋ ਹੁਸੈਨ ਕਰਬਲਾ ਮੁਅੱਲਾ ਬਣਾਉਣਾ ਚਾਹੁੰਦਾ।
مکاؤں سے پڑھوں بابا بات معافی دیوائے مجلس دیوں سارے مومنہ دے سامنے دادی دے واسطے ہی غلطی ہو بندی تھوڑ جی تھواری قصور ڈھیر بات میری غلطی بن گئی ہے امام حسین بادشاہ فرمانے بیٹھے نہ مارو مر رہی ہے کوئی نہیں حسین جو منت کیتی امداد جی وینا دا حق کا غریب کو نہ مارے نہ ایویں گل ہے چلو میں اے سارا ہے تے گھر کوئی تھوڑے کو 14 دا دوار ہاں 3 دفعہ امام حسین دا دوار ہاں مرشد ادا ملک جی 14 دے ذکر وچ کراں بناوٹ نہیں کیتی حسین دی ماں معاف نہ کرے کداں زندگی وچ بناوٹ کیتی ہوے ہن جوان دی جندے تے علی دی دھی رلی ہوئی دی مہر لگدی ہے امام جو فرمائے بار بار نہ مارو انہاں دا حق کا حسین کو نہ مارے نا کو حیا کیتا نے بولو سارے بول چھوڑو چلو روو نہیں اے منہ تو ہاتھ چاہ کے زندگی میں بول چھوڑ حسین جو محنت کی تھی عمران جو انہاں دا حق کا غریب کو نہ مارے نا حیا کیتا نے نہیں علم عباس دی قسم ہے جے کول تیر آؤں اکبر دے تسے بابے کو تیر مارے جے کول پتھر آؤں پتھر مارے پکا سربا جے کچھ نہیں لدا نہ بھائی جانوں تتی رے چا کے حسین دے زخم سٹیے تھوڑے بچے جی میں دیکھو میں اے ممبر حسین ہے اس تو ہور وڈی قسم میں اس تے کیڑی چاواں جی ہاں ملک صاحب میرے واجب القدر ان رو کیا دن میں آپ بھی ایو لفظ بھائی ساجد ایک حسین بادشاہ دے تو آرام کروائے ہوئے میں اپنی مرضی نہ کروائے تو مقضا کر رہا چیتا اگر میں بہت رولا ہوئے حسین جو منت کی تھی انہیں کو حیاء کی تھے بولو نہیں یا علی دی قسم ہے قبلہ صاحب ملک صاحب انہیں فرمائے دے بیٹھن سارے مذہب دے ایک عالم ہن امام حسین دی قسم میں پہلے ہی ملک جی اس تو پہلے انہاں دی زبانی سنائی انہاں فرمائے کربلا دے میدان وچ کوئی جہاں 900,000 دے وچو کوئی جہاں ہک ہاتھی کوئی نہ جائے حسین کو نہ مارا ہوئے بھائی جان زندگی دراز ہوئی دوسرا لفظ یا علی دی قسم ہے میں خود آپ گناہ گاہ رکھا نال پڑے حسین دی شہادت تو کافی روز بعد کربلا دے پورے میدان دے وچوں کس ذاکر عالم دے لفظ نہیں وے بوں ہی بانی تے میں کو دو دفعہ ملے کافی دیر دایاں بعد جڑی ہوں دی کبھی نے بوں خراب کیتا ہے اللہ انہوں کو بوں دے وے بھائی ساجد یا علی دی قسم ملک جی مختار جی میں آپ خود جڑے حسین دا 3 دفعہ دواراں اس دیاں آخری ویلاز دے ضرباں دی قسم ہے آپ خود گناہ گاہ رکھن نال پڑم حسین دی شہادت تو کافی دن بعد کربلا دے پورے میدان دے وچوں کہیں جاتوئی اگر کوئی پتھر چوانا اس پتھر دے تلے حسین دا تازہ خون لگا ہویا ہوندا اے ہائے کر چھوڑیں ہائے کر چھوڑیں ہائے کر چھوڑیں چلو کوئی بات نہیں بسم اللہ کرا بسم اللہ کرا سارے بسم اللہ جی بسم اللہ میں پہلی دفعہ زواری تے گیا ہوں 2009 ہے میرا خیال ہے میں دے داری ہوں میں کو پتھر نہ ڈس دے میں والا ہوں میں بڑا ہی پریشان ہوں چاچا جو میں کو پتھر نہیں ڈس دے کربلا دے میدان دے وچ میں سارے مذہب دے عالم ہیں سارے تھوڑے علاقے دے ہیں علامہ وزیر حیدر نجفی دنیا تے ٹر گئے ہیں میں آخری محرم بھائی جان انہاں کو اپنے بابے دی قبر تے پڑھایا ہی میں کو اس گل دا ملک جی جواب نہ ملدا جو میں بہو منہ جام جو میں سننا بھائی پتھر حسین تے اکھاں نال پڑھم شبیر تے وٹھن میں علامہ صاحب کول پوچھا میں کہ سائیں میں بابا صفدر سائیں میں پوچھا بھائی میں کو سمجھ نہیں آندی جو میں گل سنیے پڑھیے اکھاں نال پڑھم جو حسین تے پتھر وٹھن میں کو سمجھ نہیں آندی کربلا دے میدان وچ تے پتھر کوئی نہیں علامہ صاحب عزیز آ کربلا دے میدان وچ پتھر کوئی نہیں 40 اٹھ پتھراں دا لڈا انہاں کمینیاں بیڑیاں دے ذریعے منگوائے
दिल नरम होवी तो है कर छोड़े। 40 ओठ पत्थरां दा लड़ा होया इन कमीनियां बेड़ियां दे जरिए मंगवाए। 40 ओठ पत्थरां दे लड़े दे विचों एक पत्थर कहीं शहीद को नहीं लगा। 40 दा 40 ओठ पत्थरां दा लड़ा हुसैन दे बदन ते उठाए। गरीब दा न मारो मड़ियां धियां नाल, न मारो मड़ा अकबर टुर गए। बिस्मिल्ला जी, बिस्मिल्ला। तुहाडे बच्चे जीवन नौकरी तमाम, बिस्मिल्ला जी। कोई गल नहीं भाई, एक लफ्ज पढ़ा वेंदा है, मैं बच्चा नहीं, 15-16 साल हो गए मैं पढ़ दिया। मैं पहले कसम चाहिए हुसैन दे जिक्र कदां बदमाशी नहीं की थी, हुसैन दी माँ माफ न करे, कदां धोखा किया होवे जिक्र बदमाशी की होवे। जेड़े हुसैन दे अदादार बैठे हो बंदियां दी अपनी मर्जी, जिवें कहें दा दिल आके सुने। लफ्ज पढ़ा वेंदा जित लत्थ है उत कुठा नहीं, जित कुठ है उत दफन नहीं। जड़े हुसैन दे दवार बैठे हाथ खड़ा करो ना, करबला दे दवार बैठे ना साला, बिस्मिल्ला करा पहले। भाईजान मैं अगले लफ्ज आखण तो पहले अपनी खातिर और तुस सारे दी खातिर पर्दे चाहे मेरी मावा, मेरी भैन जेरिया छोटी मेरी धीया, मेरी एक धी है मैं कुर्बान करा हुसैन दी धी दे पैरां दे निशाना तो। जितने भी तुसा बैठे हो झोली बधाओ, मैं थारी खातिर अपनी खातिर दुआ मंगना। साले झोली बनाओ चा भाईजान, दरबार है हुसैन है ना, पिन्नड़ दा मकाम है, सारे झोली बधाओ। अल्लाह हुसैन दी आखरी नमाज दे सदके, निक्का मेरा पुत्र झोली बना चाचा नहीं आती हुई, अल्लाह हुसैन दी आखरी नमाज दे सदके, शाम अली सैन दी तनहाई दे सदके, ऊ सैन दे सदके, जड़ी गरीबां आले कब्रिस्तान च कली सम पईए। अल्लाह हर अदादार को इमाम हुसैन दी ज़ियारत तो मुशर्रफ फरमावे। जड़े करबला दे दवार बैठे हो गवाही दिवाए, नहरे अल कमाल दा किनारा है जिता भजदे घोड़े दी दीन तो लत्था है। उस जगह ते है मस्जिद इमाम जमाना, अद्धा मील सफर अकबर दे गरीब बाबे अरकां ते जानुआ दे भार तय कीते। कोई तीर मरेंदा, कोई पत्थर मरेंदा, हुसैन कहें ले सज लुडवेंदा, कहें ले खबे लुडवेंदा। गरीब कोई ना को बिलहा जब तक मैं हटका नहीं, हुसैन को झंडा देख के ना पता नहीं कितने बंदे गल समझ सन। हुसैन बादशाह जद मुर्शिदादा इन औखा थी के ना भाई मेरा टुरिया ना, हालत केड़ी है मलिक दी, हिक हिक जख्म च कई कई जख्म लग गए हैं, तस्सा आई पुत्र टुर गए हैं, बड़ा औखे थी के इन हुसैन टुरिया अरका इन जानुआ दे भार टुरिया। हुसैन जद टुरिया ना दुश्मन हुसैन दे सजु खब वाला वेना, जाफरी हुसैन को टुरदा देख के ना ताना मरेंदे, आखना हुसैन तू तो अकबर को लाए ते आखे मेरी अखी दी बिनाई मुक गई है, हुसैन तू गाजी को लाए ते आखे मेरी कमर त्रुट गई है। ये अरकां ते जानुआं दे बाहर टुर के भेणी दे ओले घिनन क्यों आना है। जिंदगी ना लालची जड़ा जिंदगी च नहीं रुना वो मेरे देखे, जड़ा कमी ने ताना मारे ना हुसैन में चल दी जात रुक बनिया। इन्हें तो देख के आख्या जिंदगी ना लालच नहीं, मेरा भेणी नाल बहु प्यार है, मेरी भेण ही खड़ी है दरवाजे ते, मैं आखिरी बार हिस्से दी भेण आलिया को मिलन पिया वे ना। कोशिश थोड़ी जी और तवज्जो कर छोड़। बिस्मिल्ला, बिस्मिल्ला जी, बिस्मिल्ला। निका इंदा ना लतीफ है, साउंड डाल दे, कुछ ऊंचा कर, थोड़ा हैवी कर रख। दूसरा लफ्ज जित कुठ है वो दफन नहीं। हुसैन बादशाह दी जरी और सरकार दी मकतल 17 कदमा दी वी थे। जेड़े हुसैन दे दरबार बैठे हो तुस मेरी गल दी गवाही दिवा, मजलूम दी जरी और सरकार दी मकतल को नहीं दी सर्दी, हाथ छोड़ बावे लोहे लहा बावे। हुसैन बादशाह दी जरी और मजलूम दी मकतल 17 कदमा दी वी थे। हुसैन दादा आदारे, हुसैन दी माँ को बहुत प्यार है, मैं को माफ कर छोड़े। इस 17 कदमा दा सफर जड़ा हुसैन दी जरी और गरीब दी मकतल को दसा
ਗਰੀਬ ਕਿਵੇਂ ਤੈਅ ਕੀਤਾ ਹੈ? ਉਹ ਮੈਂ ਕੋ ਅੱਬਾਸ ਦੇ ਅਲਮਾਂ ਦੀ ਕਸਮ ਹੈ, ਇਹ 17 ਕਦਮਾਂ ਦਾ ਸਫ਼ਰ ਅਕਬਰ ਦੇ ਗਰੀਬ ਬਾਬੇ ਬਗੈਰ ਸਰ ਦੇ ਤੈਅ ਕੀਤਾ ਹੈ। ਉਸ ਵੇਲੇ ਕੀਤਾ ਜਲੇ ਢੱਲੀ ਰਾਤ ਤੋਂ ਬਾਅਦ ਮਾਂ ਸਾਹਮਣੇ ਆ ਖੜੀ ਹੈ ਨਾ, ਅਤੇ ਬੀਬੀ ਬਾਈ ਵਧਾ ਕੇ ਹੁਸੈਨ ਜਾਗ ਮਾਂ ਉਧਾਰ ਗਿਣਨ ਆਈ। ਕੋਸ਼ਿਸ਼ ਕਰ ਛੋੜ, ਕੋਸ਼ਿਸ਼ ਕਰ ਛੋੜ, ਕੋਸ਼ਿਸ਼ ਕਰ ਛੋੜ। ਬਿਸਮਿਲਾ ਜੀ, ਬਿਸਮਿਲਾ, 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 ਬਿਸਮਿਲਾ। ਫੇਰ ਸਾਰੇ ਕਾਤਲਿਨ ਆਖਰੀ ਲਫ਼ਜ਼ ਜਾਈ, ਆਖਰੀ ਕਮੀਨਾ ਸ਼ਿਮਰ ਹੈ, ਲਾਨਤ ਕਰੋ ਸਾਰੇ ਕਮੀਨੇ ਤੇ, ਸ਼ਰਾਬ ਦੇ ਨਸ਼ੇ 'ਚ ਬਦਮਸਤ, ਆਪਣੇ ਖੰਜਰ ਕੋ ਜ਼ਿੰਦਗੀ ਹੋਵੇ ਆਪਣੇ ਅੰਗਲ 'ਤੇ ਚੱਕਰ ਆਉਂਦਾ ਰਹਿੰਦਾ ਹੈ। ਇਹ ਵਜ੍ਹਾ ਕੋਲ ਨਹੀਂ, ਹਾਫਿਜ਼ ਮੁਹੰਮਦ ਅਲੀ ਖਾਨ ਮੇਰੇ ਪਿਓ ਹੋਈ, ਜਿਹੜੇ ਅਦਬ ਦੀ ਜ਼ਾਕਰੀ ਦੇ ਲਫ਼ਜ਼ ਦੇ ਨੂੰ ਦੁਨੀਆ ਮਰ ਗਈ ਹੈ। ਹਾਫਿਜ਼ ਮੁਹੰਮਦ ਅਲੀ ਖਾਨ ਪੜ੍ਹਦਾ ਹੁੰਦਾ ਸ਼ਿਮਰ ਕਮੀਨਾ, ਆਪਣੇ ਖੰਜਰ ਕੋ ਆਪਣੀ ਉਂਗਲ 'ਤੇ ਚੱਕਰ ਆਉਂਦਾ ਰਹਿੰਦਾ ਹੈ। ਮੇਰਾ ਬਾਬਾ ਪੜ੍ਹਦਾ ਹੁੰਦਾ, ਇਹੋ ਖੰਜਰ ਕਾਤਿਲ ਦੀ ਉਂਗਲ 'ਤੇ ਨਹੀਂ ਭੈਣੀ ਦੇ ਕਲੇਜੇ 'ਤੇ ਪਿਆ ਫਿਰਦਾ ਹੈ। ਹੈ ਕਰ ਛੋੜੀ ਕਰ, ਹੈ ਕਰ ਛੋੜੀ ਕਰ, ਮੈਂ ਉਮਤੀ ਹਾਂ, ਮੇਰੀ ਜ਼ਬਾਨ ਕੋ ਤਾਕਤ ਨਹੀਂ ਜ਼ਿੰਦਗੀ ਹੋਈ। ਫਿਰ ਸੁਣਾ ਸ਼ਿਮਰ ਅਹਿਮਦ ਦੀ ਤਲਾਕ ਕਿਵੇਂ ਦਿੱਤੀ ਹੈ? ਬਿਸਮਿਲਾ ਕਰਾਂ, ਇਹੋ ਕੁਝ ਦੱਸਦਾ ਬਾਬਾ ਜੀ। ਸ਼ਿਮਰ ਅਹਿਮਦ ਦੀ ਤਲਾਕ ਦਿੱਤੀ ਹੈ, ਸ਼ਾਹ ਜੀ ਅਕਬਰ ਦੇ ਤੱਸੇ ਬਾਬੇ ਸਜਿਆ ਦੀ ਟੇਕ ਬਣ ਗਈ ਦੀ ਹੈ। ਸ਼ਹੀਦਾਂ ਦੇ ਪਾਸੇ ਮੂੰਹ ਕਰਕੇ ਯਾਰ ਸਾਰੇ ਟੁਰ ਗਏ ਹੋ, ਸ਼ਿਮਰ ਮੈਂ ਕੋ ਮਰੇਂਦਾ ਪਏ, ਕੋਈ ਮੈਂ ਕੋ ਛੁੜਵਾਓ ਹਾਂ। ਉਹ ਮੈਂ ਕੋ ਯਾ ਅਲੀ ਦੀ ਕਸਮ ਹੈ, ਜਿਹੜਾ ਹੁਸੈਨ ਸਾਡਾ ਹੈ ਨਾ, ਜਿੱਥਾਂ ਜਿੱਥਾਂ ਲਾਸ਼ਾਂ ਪਈਆਂ ਭਾਈ ਇਮਰਾਨ ਤੜਫਣ ਲੱਗ ਗਈਆਂ, ਹਰ ਲਾਸ਼ ਭਾਈ ਸਾਜਦ ਉਠੀਂਦੀ ਹੈ, ਵਕਤ ਜਾਂਦੀ ਹੈ। ਇੱਕ ਲਾਸ਼ ਹੈ ਜਿਹੜੀ ਮਣ ਦਰਿਆ ਤੋਂ ਬਗੈਰ ਬਾਦਵਾਂ ਦੇ ਕਈ ਦਫ਼ਾ ਉੱਠੀਏ ਅਤੇ ਵੱਧ ਜਾਣੀ ਹੈ, ਜਾਂਦੀ ਹਰ ਕਪੀ ਰੰਗ ਚਵਾ ਦਈਏ ਤੋ ਸਭੇੜ ਬਿਰਾਵਾਂ ਦੀ ਚੁੱਪ ਖਾ ਗਈ ਹੈ। ਨਹੀਂ ਤਾਂ ਕਹਿੰਦੀ ਜੁਰਾ ਥਈ, ਜਿਹੜਾ ਮੈਂ ਅੱਬਾਸ ਦੇ ਜੀ ਨੇ ਤੈਨੂੰ ਤੱਤੀ ਅੱਖ ਦੇਖਿਆ। ਕਿਆ ਬਾਤ ਹੈ ਭਾਈ, ਬਿਸਮਿਲਾ। ਆਖਰੀ ਦੋ ਲਫ਼ਜ਼ ਭਾਈ, ਨੌਕਰੀ ਤਮਾਮ। ਹੁਸੈਨ ਫੇੜਾਂ ਦੀ ਹੱਥਾਂ ਦੀ ਭੇਜੀ ਮਿੱਟੀ ਦੇ ਨਾਲ ਗਰੀਬ ਤਯਮਮ ਕੀਤਾ ਹੈ। ਸ਼ਬੀਰ ਪਹਿਲੀ ਰਕਤ ਦਾ ਸਜਦਾ ਦਿੱਤਾ, ਰੁਝਾ ਬੱਚੜੇ ਮਰਨ ਸ਼ਿਮਰ ਦੇ। ਸਾਰੇ ਬੋਲ ਕੇ ਲਾਨਤ ਕਰੋ ਸ਼ਿਮਰ ਕੁੱਤੇ, ਉੱਥਾ ਜ਼ਰਾ ਮਾਰੀਏ ਜਿੱਥਾ ਮਾਂ ਚੁੰਮਦੇ ਚੁੰਮਦੇ ਰੱਜਦੀ ਨਾਈ। ਹੈ ਕਰ ਛੋੜੀ ਕਰ, ਚੱਲ ਕੋਈ ਗੱਲ ਨਹੀਂ, ਬਿਸਮਿਲਾ ਕਰਾਂ, ਬਿਸਮਿਲਾ ਕਰਾਂ, ਬਿਸਮਿਲਾ ਕਰਾਂ। ਪਹਿਲੀ ਤਰਫ ਚੱਲੀਏ, ਹੁਸੈਨ ਆਪਣੇ ਅੱਲਾ ਕੋ ਯਾਦ ਕੀਤਾ ਹੈ, ਅਦੇ ਮਾਲਕ ਤੇਰੀ ਤੌਹੀਦ ਬੱਚੇ ਮੇਰੇ ਭੈਣਾਂ ਦੀ ਨਿਭਵੈ ਸੀ। ਦੂਜੀ ਤਰਫ ਚੱਲੀਏ, ਨਾਨੇ ਮੁਹੰਮਦ ਕੋ ਯਾਦ ਕੀਤਾ ਹੈ, ਅਦੇ ਨਾਨਾ ਅੱਜ ਤੋਂ ਬਾਅਦ ਤੇਰੇ ਉਮਦਾ ਛੁੱਟੀਆਂ ਮੇਰੇ ਭੇੜੀ ਉਜੜ ਗਈਆਂ। ਤੀਜੀ ਤਰਫ ਚੱਲੀਏ, ਬਾਬੇ ਅਲੀ ਕੋ ਯਾਦ ਕੀਤਾ ਅਦੋ ਕਹਿਣਾ ਉਹਦਾ ਬਹਾਦਰ ਅਲੀ, ਖੈਬਰ ਦੀ ਫਤਹ ਸੌਖੀ ਆ ਭੇਣੀ ਦੇ ਸਾਹਮਣੇ ਕੁਸਣਾ ਸੌਖਾ। ਚੌਥੀ ਤਰਫ ਚੱਲੀਏ, ਫਿਰ ਆ ਹਸਨ ਕੋ ਯਾਦ ਕੀਤਾ ਅੱਲਾ ਦੀ ਕਸਮ ਹੈ, ਜ਼ਿੰਦਗੀ ਹੋਈ ਥਕਾਦਾ ਹੈ ਬਸ਼ਰੀਅਤ ਹੈ, ਜਲਾ ਜ਼ਿੰਦਗੀ 'ਚ ਵੱਡਾ ਦੁੱਖ ਆਵੇ ਵੱਧ ਸਾਰਾ ਰਿਸ਼ਤੇ ਭੁੱਲ ਵੈਂਦੇ ਨੇ, ਬੇਵਸ ਮੂੰਹ ਨਿਕਲਦਾ ਹਾਏ ਅੰਮਾ। ਜਲਾ ਪੰਜਵੀਂ ਤਰਫ ਚੱਲੀਏ, ਹੁਸੈਨ ਦੇ ਬੇਵਸ ਮੂੰਹ ਨਿਕਲੇ ਅੰਮਾ, ਬਾਸਨ ਅਲਵਾ ਦੇ ਹੁਸੈਨ ਮਾਂ ਕਲ ਹੋ ਕੀ ਆਈ ਵਧੀ ਆਈ, ਮੈਂ ਤੇਰੀ ਕੁਸਲ ਵਾਲੀ ਜਾਤ ਵਾਲਨਾ ਬੁਹਾਰੀਆਂ ਦੇ ਦੀ ਰਹੀਆਂ। ਸ਼ਰਮਾਣਾ ਨਾ ਕਰ, ਬਿਸਮਿਲਾ। ਜ਼ਰਬਾਂ ਚਲਦੀਆਂ ਆਈਂ, ਬਿਸਮਿਲਾ ਜੀ। ਤਕਾਜ਼ਾ ਹੈ ਬਸ਼ਰੀਅਤ ਹੈ, ਜਨਾ ਜ਼ਿੰਦਗੀ 'ਚ ਵੱਡਾ ਦੁੱਖ ਆਵੇ। ਚਾਚਾ ਇੱਕ ਵਾਰ ਮੈਨੂੰ ਦੇਖ, ਨਿੱਕਾ ਮੈਨੂੰ ਦੇਖ ਭਾਈ। ਤਕਾਜ਼ਾ ਹੈ ਬਸ਼ਰੀਅਤ ਹੈ, ਜਨਾ ਜ਼ਿੰਦਗੀ 'ਚ ਵੱਡਾ ਦੁੱਖ ਆਵੇ, ਸਾਰੇ ਰਿਸ਼ਤੇ ਭੁੱਲਵੈਂਦੇ ਭਾਵੇਂ ਬੰਦਾ ਜਿਹੜਾ ਬੁੱਢੜਾ ਥੀ ਵਜੇ ਨਾ। ਇਹ ਹਾਫਿਜ਼ ਮੁਹੰਮਦ ਅਲੀ ਖਾਨ ਦੇ ਲਫ਼ਜ਼ ਨਹੀਂ, ਭਾਵੇਂ ਬੰਦਾ ਤੁਸੀਂ ਕਈ ਦਫ਼ਾ ਡਿੱਠਾ ਹੋ ਸੀ ਮਲਕ ਜੀ, ਭਾਵੇਂ ਅਚਾਨਕ ਜਿਹੜੇ ਦੁੱਖ ਆਵੇ ਨਾ, ਅਚਾਨਕ ਵੱਡਾ ਦੁੱਖ ਆਵੇ, ਭਾਵੇਂ ਬੰਦਾ ਜਿਹੜਾ ਬੁੱਢੜਾ ਹੋਵੇ, ਬੇਬਸ ਮੂੰਹ ਨਿਕਲਦੇ ਅੰਮਾ। ਇਹ ਗੱਲ ਹੁਸੈਨ ਦੇ ਬੇਬਸ ਮੂੰਹ ਨਿਕਲੇ ਅੰਮਾ, ਪਾਸੇ ਨਲਵਾ ਲਿਆ ਹੁਸੈਨ ਮਾਂ, ਕਿਤਵੀ ਰਾਤ ਦੀ ਆਈ ਵਧੀ ਆਈ, ਮੈਂ ਤੇਰੀ ਕੁਸਲ ਵਾਲੀ ਜਾਤ ਵਾਲਾਂ ਨਾਲ ਝਾੜੂ ਦੇਂਦੀ ਰਹੀ ਹਾਂ। ਜ਼ਰਬਾਂ ਚੱਲਦੀਆਂ ਆਈਆਂ, ਟੇਕ ਨਾ ਲਗੋ ਮੈਨੇ ਦੇਖੇ ਭਾਈ, ਦੁਆ ਫੇਰੇ ਨਾ। ਜ਼ਰਬਾਂ ਚੱਲਦੀਆਂ ਆਈਆਂ,
हुसैन सजन सबले दाए ते कोई आली दा वास्ते रोवे नहीं देख मेरे पासे वत प्यादा जरबा चल दिया ये हुसैन सजन सबले दाए गल वत सुन वत प्यादा जरबा चल दिया रही हुसैन सजन सबले दाए मैं को बाओ दिल में दी कसम है यारा जरबा दे बाद कातल थक पे क्यों हाय नहीं भी की थी ये ना थका बैठा है कातल थका है बिस्मिल्लाह मक्तूल शाह जी उफ नहीं की थी याद मैं हुसैन ने कोल खड़ो के साई खड़ा कर दै अद मैं डिटे शबीर दे लबन थोड़ी थोड़ी जुम्मश है उन्हां दी खातिर लफ्ज है जेड़े गावी दे हिस्से दे मुरीद बैठे हो अद मैं हुसैन ने कोल खड़ो के साई खड़ा कर दै अद मैं डिटे शबीर दे लबन जुम्मश है याद मैं सोचे मैं कुमरें दा पिया हुसैन मैं खुबा दुआ पिया करें दा सी अद मैं गरीब दे मुंह दे नाल कलमा लैन खिलाफत तवक्को त्रै दा कलमा कदा अब्बास अब्बास मलवी रुड़तनिया पेड़ा दे बुरका दा खुदा फले अब्बास सारे टुर गया मैं कुछ ना मना ले कोई नहीं इस वेले इतना रोबड़ा इतनी हकीकत दगरिया बहुत है इवें गल है ना एक शाजी जाकरी दी मेहनत मर गई है हिक्को बंदे पढ़दा बा सफदर शाह मुहम्मद अली खान पढ़दा होंदे मेरा बाबा बाद तकरीबन छोटे वड्डे हर मौला दे मदाखा पढ़े वो बंद सुनवाना ते नौकरी तमाम शिमर दे बचड़ा मरने आते मैं तेरवी जरा मारी है हाय कर छोड़ी कर हुसैन ने सर तन तुझुदा की दे मड़ी बेदबी दे नाल चाचा हुसैन को जाओ के डल दे बचड़े मरन शिमर दे उत्थु ने पिया दे जिता माँ कंगिया हौले ने दिए हाय कर छड़ी कर हाय कर छड़ी कर बिस्मिल्लाह आलिया सैन मेरा कुछ लिठे बर्दाव नहीं कर सकी मेरा दे कातल लिठे दे क्या दिया ता कुहुण ता मिल जागीर वैसी कुहुण ता मिला जागीर वैसे ये कुछ बचना दुखी याद हट बन जाले मुला और सीने ते हाथ मार छे नहीं भाई हसरत न रह बने कोई गल नहीं मैं इन तनाक सा अपने आप थोड़े तो मैं को गिलत ना हो सी जो मैं अपनी मेहनत नहीं की थी अगे थोड़ा अपना नसीब भेणी दे दे भेणी दे घोड़ा खाली वाला है क्यों समझ नहीं भी आई जिनिया भेणा त्राए खयाम दे बूहे ते आया खड़िया ते जिन्हां दा आखरी सहारा है दिल च रो नहीं ते कोई आली दे वास्ते जिथे ही बैठे हुसैन दा दादार है तेरे कदमा ते हाथ रख हिक्का पी ले दिल च वजन त कर उन्हां दे भेणा दे दिल ते के गुजरी हो सी जिन्हां दे अखां दरे दे हुसैन जे भेरा दी सवारी खाली वाली हो सी भेणा दे घोड़ा खाली वाला है अगे वधिए वाग छत रख दे घोड़ा मेरा भिराओ कि थई घोड़ा कन में मथा मार के ले पर चावणी दुख तारे शेर खुदा ता नवीर मुसाफिर मारा गया पर चावणी दुख तारे शेर सीने ते हाथ मार छ मुसाफिर मारा गया बहवीर गरीब दे तागला बिस्मिल्लाह बिन हम्दुलिल्लाह कुछ
ਆ ਤੇ ਘੋੜਾ ਮੇਰੇ ਵੀਰਾ ਕੋਈ ਗੱਲ ਕੀਤੀ ਆ ਕੋਈ ਨਾ ਘੋੜਾ ਕੰਮੇ ਮੈਂ ਥਮਾਰ ਕਰ ਦੇ ਤੇਰਾ ਵੀਰਾ ਨੇ ਸਜਦਾ ਦੇਦਾ ਯੂਨੂ ਸ਼ਿਮਰਾ ਖੰਜਰ ਚੱਲੇਂਦਾ ਤੇਰਾ ਵੀਰਾ ਹੁਣ ਸੀਨੇ ਤੇ ਹੱਥ ਮਾਰ ਛੜ ਨਖਰੇ ਮੈਂ ਕੀਤਾ ਕਰ ਸਰ ਤੇ ਮਾਤਮ ਕਰ ਦੇ ਹਾ ਦਿੱਤਾ ਜ਼ਾਲੇ ਮੈਂ ਕਾਬਾ ਦੀਨ ਡਾ ਤੇਰਾ ਵੀਰ ਮੁਸਾਫਰ ਮਾਰਿਆ ਗਿਆ ਦਿੱਤਾ ਜ਼ਾਲੇ